ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਧਵਨ ਪਰਿਵਾਰ ਵੱਲੋਂ ਮਾਰੀ ਗਈ ਠੱਗੀ ਦੀ ਲਿਸਟ ਦਿਨੋ ਦਿਨ ਲੰਬੀ ਹੁੰਦੀ ਜਾ ਰਹੀ ਹੈ, ਪਰ ਇੱਕ ਮਹੀਨਾ ਗੁਜ਼ਰ ਜਾਣ ਦੇ ਵੀ ਪਰਿਵਾਰ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਸਥਾਨਕ ਪੁਲਿਸ ਦੀ ਜਾਂਚ ਕਿੱਥੇ ਤੱਕ ਪਹੁੰਚੇ ਇਸ ਬਾਰੇ ਵੀ ਕੁਝ ਕਹਿ ਨਹੀਂ ਸਕਦੇ। ਠੱਗੀ ਦਾ ਸ਼ਿਕਾਰ ਹੋਇਆ ਇੱਕ ਹੋਰ ਪਰਿਵਾਰ ਸਾਹਮਣੇ ਆ ਗਿਆ ਹੈ। ਪਿੰਡ ਭੈਣੀਆਂ ਦੀ ਰਹਿਣ ਵਾਲੀ ਵਿਧਵਾ ਸਰਬਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ। ਉਹਨਾਂ ਦੇ ਪਤੀ ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਸਨ। ਉਹਨਾਂ ਦੀ ਮੌਤ ਪਿੱਛੋਂ ਉਹਨਾਂ ਨੂੰ ਜੋ ਵੀ ਪੈਸਾ ਮਿਲਿਆ ਸੀ ਉਹਨਾਂ ਨੇ ਧਵਨ ਪਰਿਵਾਰ ਕੋਲ ਆਪਣੇ ਬੱਚਿਆਂ ਦੇ ਭਵਿੱਖ ਲਈ ਸੇਵਿੰਗ ਕਰਵਾਉਂਦੇ ਰਹੇ। ਧਵਨ ਪਰਿਵਾਰ ਨੇ ਉਹਨਾਂ ਦਾ ਪੈਸਾ ਡਾਕਖਾਨੇ ਵਿੱਚ ਕਿਸਾਨ ਵਿਕਾਸ ਪੱਤਰਾਂ 'ਤੇ ਵੀ ਖਰਚ ਕੀਤਾ ਸੀ। ਸਰਬਜੀਤ ਕੌਰ ਨੇ ਦੱਸਿਆ ਕਿ ਜਦੋਂ ਮੈਂ ਡਾਕਖਾਨੇ ਪਤਾ ਕੀਤਾ ਤਾਂ ਉਹ ਪੈਸਾ ਵੀ ਕਢਵਾ ਚੁੱਕੇ ਸਨ। ਮਾਛੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦੀ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ, ਆਪਣਾ ਕੀ ਨਾਮ ਹੈ ਜੀ? ਸਰਬਜੀਤ ਕੌਰ ਜੀ। ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਪਿੰਡ ਭੈਣੀ ਕੀਮਾ ਦੇ। ਪਿੰਡ ਭੈਣੀਆਂ ਤੋਂ? ਹਾਂਜੀ। ਤੇ ਧਵਨ ਨਾਲ ਆਪਣਾ ਕੀ ਲੈਣ ਦੇਣ ਦਾ ਮਸਲਾ ਸੀ? ਧਵਨ ਨਾਲ ਜੀ ਮੇਰੇ ਉਹਨਾਂ ਨਾਲ ਜੀ ਸਾਡੇ ਮੈਂ ਕਿਸਾਨ ਵਿਕਾਸ ਪੱਤਰ ਖਰੀਦੇ ਸੀਗੇ ਜੀ ਡਾਕਖਾਨੇ ਤੋਂ। ਜਦੋਂ ਮੇਰੇ ਹਸਬੈਂਡ ਦੀ ਡੈਥ ਹੋ ਗਈ ਉਦੋਂ ਜੀ ਮੈਂ ਉਹਨਾਂ ਦਾ ਜੋ ਮੈਨੂੰ ਪੈਸਾ ਮਿਲਿਆ ਮੈਂ 6.5 ਲੱਖ ਦੇ ਕਿਸਾਨ ਵਿਕਾਸ ਪੱਤਰ ਖਰੀਦੇ ਜੀ। ਹਾਂਜੀ। ਅਤੇ ਧਵਨ ਨੇ ਹੀ ਜਮ੍ਹਾਂ ਕਰਾਏ, ਧਵਨ ਸਾਡਾ ਏਜੰਟ ਸੀਗਾ ਜੀ। ਅੱਛਾ ਜੀ। ਅਤੇ ਉਸ ਤੋਂ ਬਾਅਦ ਜੀ ਜੋ ਵੀ ਮੈਨੂੰ ਪੈਸਾ ਮਿਲਿਆ ਜਿੰਨਾ ਮੈਨੂੰ ਮੇਰੇ ਪੈਸੇ ਮਿਲਦੇ ਸੀ ਮੈਂ ਜੀ ਉਹਨਾਂ ਧਵਨ ਨੂੰ ਦੇ ਦਿੰਦੀ ਸੀਗੀ, ਉਹਦੇ ਬਦਲੇ ਮੈਨੂੰ ਚੈੱਕ ਸਾਈਨ ਕਰਕੇ ਦੇ ਦਿੰਦੇ ਸੀਗੇ ਜੀ। ਤੁਸੀਂ ਕਿਵੇਂ ਜਾਣਦੇ ਸੀ ਧਵਨ ਨੂੰ ਜੀ? ਧਵਨ ਦਾ ਜੀ ਸਾਡਾ ਸ਼ੁਰੂ ਤੋਂ ਹੀ ਦੇਣ ਲੈਣ ਆ, 20 ਸਾਲ ਪੁਰਾਣਾ ਆਉਣ ਜਾਣ। ਅਸੀਂ ਡਾਕਖਾਨੇ ਦੇ ਵਿੱਚ ਜਿੱਦਾਂ ਕਿ 500 ਰੁਪਈਆ 1000 ਰੁਪਈਆ ਮਹੀਨਾ ਵੀ ਜਮ੍ਹਾਂ ਕਰਵਾਉਂਦੇ ਸੀ, ਅਸੀਂ ਧਵਨ ਦੇ ਥਰੂ ਕਰਵਾਉਂਦੇ ਸੀਗੇ ਜੀ। ਅੱਛਾ, ਅਤੇ ਜਿਹੜੇ ਚੈੱਕ ਤੁਹਾਨੂੰ ਦਿੱਤੇ ਨੇ ਉਹ ਪਹਿਲੇ ਚੈੱਕ ਦੀ ਕਿਹੜੀ ਡੇਟ ਆ ਜੀ? ਪਹਿਲੇ ਚੈੱਕ ਦੀ ਡੇਟ ਹੈਗੀ ਆ ਜੀ 20 ਮਈ। ਕਿੰਨੇ ਦਾ ਚੈੱਕ ਹੈ ਜੀ? ਉਹ 4,80,000 ਦਾ। ਟੋਟਲ ਕਿੰਨੇ ਦੇ ਚੈੱਕ ਦੇ ਚੁੱਕੇ ਤੁਹਾਨੂੰ? ਟੋਟਲ ਸਾਡੇ ਹੈਗੇ ਆ ਜੀ 21,30,000 ਦੇ। ਪੇਮੈਂਟ ਤੁਹਾਡੀ ਕਿੰਨੀ ਗਈ ਹੈ ਜੀ ਹੁਣ ਤੱਕ ਉਹਨਾਂ? ਪੇਮੈਂਟ ਸਾਡੀ ਜੀ ਉਹ ਸਾਨੂੰ ਮਤਲਬ ਕਿ ਸਾਨੂੰ ਕਹਿੰਦੇ ਸੀਗੇ ਵੀ ਸਾਨੂੰ ਚੈੱਕ ਦੇ ਦਿਓ, ਉਹ ਪੈਸਾ ਦੇ ਦਿਓ ਵੀ ਅਸੀਂ ਤੁਹਾਨੂੰ ਇਹਦਾ ਵਿਆਜ ਦੇਵਾਂਗੇ ਜੀ। ਹਾਂਜੀ। ਅਤੇ ਸਾਥੋਂ ਪੈਸੇ ਲੈ ਲੈਂਦੇ ਸੀ, ਉਹ ਸਾਨੂੰ ਚੈੱਕ ਸਾਈਨ ਕਰਕੇ ਦੇ ਦਿੰਦੇ ਸੀ, ਵਿੱਧ ਵਿਆਜ ਦੇ ਦਿੰਦੇ ਸੀਗੇ ਜੀ। ਅੱਛਾ ਜੀ, ਪਹਿਲਾਂ ਜਾਣੀ ਕਿ ਪਹਿਲਾਂ ਦਿੰਦੇ ਰਹੇ ਆ ਵਿਆਜ? ਨਹੀਂ, ਵਿਆਜ ਅਸੀਂ ਕਦੇ ਨਹੀਂ ਲਿਆ, ਵਿਆਜ ਨਹੀਂ ਜੀ ਉਹਨਾਂ ਨੇ ਸਾਨੂੰ ਕਦੇ ਵੀ ਦਿੱਤਾ, ਉਹ ਸਾਨੂੰ ਚੈੱਕ ਹੀ ਦੇ ਦਿੰਦੇ ਸੀਗੇ ਜੀ। ਅੱਛਾ। ਹੁਣ ਮੇਰੇ ਚੈੱਕਾਂ ਦੀ ਡੇਟ ਆਈ ਹੋਈ ਸੀਗੀ ਜੀ। ਹਾਂਜੀ। ਹੁਣ ਉਹਨਾਂ ਨੇ ਮੈਨੂੰ ਪੈਸੇ ਦੇਣੇ ਸੀਗੇ, ਉਹ ਜੀ ਬਸ ਪਤਾ ਨਹੀਂ ਜੀ ਮੈਨੂੰ ਕਿੱਥੇ ਚਲੇ ਗਏ ਨੇ ਉਹ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਇੱਥੋਂ ਭੱਜ ਚੁੱਕੇ ਜਾਂ ਤੁਹਾਡੇ ਕਿਸਾਨ ਵਿਕਾਸ ਪੱਤਰ ਜਿਹੜੇ ਕਢਾਏ ਗਏ? ਉਹਨਾਂ ਨੇ ਜੀ ਮੈਨੂੰ ਪਹਿਲਾਂ ਮੈਂ ਅਖਬਾਰਾਂ ਦੇ ਵਿੱਚ ਪੜ੍ਹਿਆ ਵੀ ਉਹ ਧਵਨ ਵੀ ਜਾ ਚੁੱਕਿਆ ਆ, ਜਿਹੜਾ ਏਜੰਟ ਆ ਧਵਨ ਉਹਦੀ ਕੁੜੀ ਮੋਨਿਕਾ ਧਵਨ, ਬੇਟਾ ਅਭਿਸ਼ੇਕ ਧਵਨ, ਰਜਿੰਦਰ ਧਵਨ ਉਹਨਾਂ ਦਾ ਪਿਓ ਸੀਗਾ ਜੀ। ਅਤੇ ਉਹ ਜਾ ਚੁੱਕਿਆ ਜੀ, ਸਾਨੂੰ ਉਹਨਾਂ ਦਾ ਪਤਾ ਲੱਗਿਆ। ਅਤੇ ਉਸ ਤੋਂ ਬਾਅਦ ਜੀ ਮੈਂ ਆਪਣੇ ਫਿਰ ਮੇਰੇ ਜਿਹੜੇ ਕਿਸਾਨ ਵਿਕਾਸ ਪੱਤਰ ਸੀ ਉਦੋਂ ਮੈਂ ਡਾਕਖਾਨੇ ਗਈ ਜੀ। ਜਦੋਂ ਮੈਂ ਡਾਕਖਾਨੇ ਗਈ ਜੀ ਉਦੋਂ ਉੱਥੇ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਕਿਸਾਨ ਵਿਕਾਸ ਪੱਤਰ ਕੈਸ਼ ਹੋ ਚੁੱਕੇ ਨੇ। ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਪਤਾ ਲੱਗਣ ਵੀ ਉਹ ਇੱਥੋਂ ਫਰਾਰ ਹੋ ਚੁੱਕਿਆ? ਤੁਹਾਨੂੰ ਕਦੋਂ ਪਤਾ ਲੱਗੀ ਹੈ ਗੱਲ? ਮੈਨੂੰ ਤਾਂ ਜੀ ਜਦੋਂ ਗਏ ਨੇ ਟੋਟਲ 10 ਦਿਨ ਬਾਅਦ ਕਿਤੇ ਪਤਾ ਲੱਗਿਆ ਜੀ। ਪਹਿਲਾਂ ਕਿਉਂ ਨਹੀਂ ਤੁਸੀਂ ਜੀ ਆਪਣਾ ਫਿਰ ਪੁਲਿਸ ਕੋਲ ਰਿਪੋਰਟ ਲਗਾਈ ਜਾਂ ਤੁਸੀਂ ਡਾਕਖਾਨੇ ਜਾ ਕੇ ਆਪਣਾ ਦੱਸਿਆ ਵੀ ਸਾਡੇ ਇੰਨੇ ਪੈਸੇ ਸੀ ਉਹਦਾ ਸਾਨੂੰ ਦੋ ਹਿਸਾਬ ਤਾਂ ਜੀ? ਉਹ ਜੀ ਸਾਨੂੰ ਸਾਰੇ ਕਹਿੰਦੇ ਸੀਗੇ ਵੀ ਤੁਹਾਡੇ ਚੈੱਕਾਂ ਦੀ ਡੇਟ ਨਹੀਂ ਹੈਗੀ, ਜਦੋਂ ਤੁਹਾਡੇ ਚੈੱਕ ਬਾਉਂਸ ਹੋਣਗੇ ਤੁਹਾਡਾ ਕੇਸ ਉਦੋਂ ਹੀ ਲੱਗੂਗਾ। ਯਾਨੀ ਕਿ ਤੁਸੀਂ ਥਾਣੇ ਗਏ ਸੀ? ਗਏ ਸੀਗੇ ਜੀ ਅਸੀਂ। ਥਾਣੇ ਵਾਲਿਆਂ ਨੇ ਤੁਹਾਨੂੰ ਇਹ ਕਹਿ ਦਿੱਤਾ ਕਿ ਪਹਿਲਾਂ ਚੈੱਕ ਬਾਉਂਸ ਹੋਵੇ? ਹਾਂਜੀ, ਚੈੱਕ ਬਾਉਂਸ ਹੋਵੇ ਫਿਰ ਤੁਹਾਡਾ ਕੇਸ ਲੱਗੂਗਾ ਜੀ। ਠੀਕ ਹੈ। ਹਾਂਜੀ। ਅਤੇ ਫਿਰ ਮੈਂ ਜਦੋਂ ਫਿਰ ਮੈਨੂੰ ਪਤਾ ਲੱਗਿਆ ਮੈਂ ਕਿਹਾ ਵੀ ਡਾਕਖਾਨੇ ਦੇ ਵਿੱਚ ਜਿਹੜੇ ਮੇਰੇ ਪੈਸੇ ਜਮ੍ਹਾਂ ਕਰਵਾਏ ਹੋਏ ਆ, ਮੈਂ 6.5 ਲੱਖ ਦੇ ਕਿਸਾਨ ਵਿਕਾਸ ਪੱਤਰ ਖਰੀਦੇ ਹੋਏ ਆ। ਹਾਂਜੀ। ਅਤੇ ਉਹ ਜਦੋਂ ਮੈਂ ਉੱਥੇ ਪਤਾ ਕਰਿਆ ਜੀ ਉਹ ਕਹਿੰਦੇ ਤੁਹਾਡੇ ਵੀ ਕੈਸ਼ ਕਰਾ ਕੇ ਲੈ ਗਏ ਜੀ। ਅੱਛਾ ਜੀ। ਹਾਂਜੀ। ਤੁਹਾਡੇ ਕੋਲੋਂ ਕਿਸੇ ਉਹਨਾਂ ਦੇ ਕਾਗਜ਼ਾਂ ਦੇ ਸਾਈਨ ਵੀ ਕਰਾਏ ਸੀਗੇ ਜੀ? ਉਹਨਾਂ ਨੇ ਜੀ ਵਟਸਐਪ 'ਤੇ ਮੇਰੇ ਕੋਲੋਂ ਸਾਈਨ ਕਰਵਾਏ ਸੀ, ਉਹਨਾਂ ਨੇ ਇਹ ਕਹਿ ਕੇ ਸਾਈਨ ਕਰਵਾਏ ਮੇਰੇ ਕੋਲੋਂ ਵੀ ਤੁਹਾਡਾ ਨਵਾਂ ਅਕਾਊਂਟ ਖੋਲ੍ਹਣਾ ਆ ਜੀ। ਤੁਹਾਡੇ ਜਿਹੜੇ 6.5 ਲੱਖ ਦੇ ਕਿਸਾਨ ਵਿਕਾਸ ਪੱਤਰ ਸੀਗੇ ਜੀ, ਤੁਹਾਡੇ ਕਿੰਨੇ ਕਿੰਨੇ ਜਾਣ ਦੇ ਨਾਮ 'ਤੇ ਸੀਗੇ ਜੀ ਉਹ? ਉਹ ਇੱਕ ਸਰਬਜੀਤ ਕੌਰ ਦੇ ਨਾਮ 'ਤੇ ਸੀ, ਜਾਣੀ ਮੇਰੇ ਨਾਮ 'ਤੇ, ਇੱਕ ਮੇਰੀ ਬੇਟੀ ਆ ਨਵਜੋਤ ਕੌਰ ਅਤੇ ਬੇਟਾ ਅਨਮੋਲਦੀਪ ਜੀ, 3 ਜਣਿਆਂ ਦੇ ਨਾਮ 'ਤੇ ਸੀਗੇ ਜੀ ਸਾਡੇ। ਅਤੇ ਸਾਰਿਆਂ ਦੇ ਹੀ ਲੈ ਗਏ ਜਾਂ ਕਿਸੇ ਦੇ ਰਹਿ ਗਏ? ਉਹ ਜੀ 5.5 ਲੱਖ ਦੇ ਕੈਸ਼ ਕਰਾ ਕੇ ਲੈ ਗਏ ਜੀ।
एक लख रुपये दे अनमोलदीप दे नाम दे साढ़े किसान विकास पत्र उधर रहिंदे आ साढ़े छे लख दा तुहानू मिलना किन्ना सीगा 13 लख मिलना सीगा जी 24 विच जो भी मेनू पैसा मिलदा सी मैं इन्हां नूं दे जांदी सी जी मेनू पता नहीं सी जी ये मेरे नाल एड्डी वड्डी ठगी मारनगे धोखा करनगे जी तुहाडी फैमिली च कौन कौन मैंबर हो जी तुसीं फैमिली विच असीं 3 मैंबर हां जी एक मेरा बेटा एक बेटी मेरे हस्बैंड दी डैथ हो गई जी हस्बैंड दी डैथ दा ही जो तुहानूं पैसा मिलिया सी ओही तुसीं इत्थे ओही जी असीं इन्हां नूं दे के जांदे रहे हां जो भी मैनूं पैसा मिलिया सीगा जी ओही थोड़ी देर होई आ हुण मैनूं मिले सीगे जी 5 लख रुपया मिलिया सी ओह मैं ओह भी मैं इत्थे दे के गई आ जी ओह मेरे को 4,80,000 दा चेक पिया जी की रिश्तेदारी इहनां नाल इह मेरी नण दा जी तुसीं की कहना चाहुंदे हो इहनां जी इहनां दा बणदा हक मिलणा चाहीदा उहनां ते कानूनी कारवाई कीती जाणी चाहीदी है ठीक है जिन्हां ने ठगी मारी हां जी तवन ने जी मैं बलविंदर कौर जी मेरी नण दा जी हां जी इहदा हक इहनूं दवाया जावे